ਤੁਹਾਨੂੰ ਪਤਾ ਵੀ ਫੇਸਬੁੱਕ ਕਿਹੜੀ ਕੰਪਨੀ ਆ? ਜ਼ਰੂਰ ਪਤਾ ਹੋਊਗਾ ਤੁਹਾਨੂੰ। ਪਤਾ ਐਮਾਜ਼ੋਨ ਕਿਹੜੀ ਕੰਪਨੀ ਆ? ਓਬਵੀਅਸਲੀ ਸਾਰੀ ਦੁਨੀਆ ਨੂੰ ਪਤਾ ਵੀ ਐਮਾਜ਼ੋਨ ਕੀ ਆ, ਠੀਕ ਆ। ਟੈਸਲਾ ਜਿਹੜੀ ਇਲੈਕਟ੍ਰਿਕ ਕਾਰਸ ਬਣਾਉਂਦੀ ਆ, ਉਹ ਵੀ ਆਪਾਂ ਨੂੰ ਪਤਾ। ਪਰ ਪਤਾ ਵੀ ਇਹਨਾਂ ਨੂੰ ਪ੍ਰੋਫਿਟ ਕੱਢਣ 'ਚ ਕਿੰਨੇ ਸਾਲ ਲੱਗੇ? ਫੇਸਬੁੱਕ ਨੇ ਪਹਿਲਾ ਪ੍ਰੋਫਿਟ 5 ਸਾਲਾਂ ਬਾਅਦ ਕੱਢਿਆ। 5 ਸਾਲ ਉਹਨਾਂ ਨੇ ਲੌਸ ਬਣਾਇਆ। ਲੌਸ ਮਤਲਬ ਵੀ ਹਰ ਸਾਲ ਲੌਸ ਦਿੱਤਾ। 5 ਸਾਲਾਂ ਬਾਅਦ ਉਹਨਾਂ ਨੇ ਪਹਿਲੇ ਪ੍ਰੋਫਿਟ ਦੀ ਸ਼ਕਲ ਦੇਖੀ ਸੀਗੀ। ਐਮਾਜ਼ੋਨ ਨੂੰ 9 ਸਾਲ ਲੱਗੇ ਪ੍ਰੋਫਿਟ ਕੱਢਣ ਨੂੰ। ਪਹਿਲੇ 9 ਸਾਲ ਉਹ ਘਾਟੇ 'ਚ ਸੀਗੀ ਕੰਪਨੀ, ਅਤੇ 8 ਸਾਲ ਸੀਗੀ, 9ਵੇਂ ਸਾਲ ਜਾ ਕੇ ਪ੍ਰੋਫਿਟ ਨਿਕਲਿਆ। ਜਿਹੜੀ ਟੈਸਲਾ ਕੰਪਨੀ, ਉਹਨੇ ਪਹਿਲਾ ਪ੍ਰੋਫਿਟ 10 ਸਾਲ ਬਾਅਦ ਜਾ ਕੇ ਦਿੱਤਾ। ਤਾਂ ਹੁਣ ਜੇ ਇਹ ਕੰਪਨੀਆਂ ਸੋਚਦੀਆਂ ਵੀ ਅਸੀਂ ਯਾਰ ਪਹਿਲੇ ਸਾਲ ਹੀ ਬਹੁਤ ਕਰੋੜਾਪਤੀ ਬਣ ਜਾਈਏ, ਬਹੁਤ ਪ੍ਰੋਫਿਟੇਬਲ ਬਣ ਜਾਈਏ, ਇਹ ਕੰਪਨੀਆਂ ਕਰਦੀਆਂ ਬੰਦ ਹੋ ਜਾਂਦੀਆਂ, ਪਹਿਲੇ ਸਾਲ 'ਚ ਇਹਨਾਂ ਦੇ ਫਾਊਂਡਰ ਇਹਨਾਂ ਨੂੰ ਬੰਦ ਕਰਕੇ ਚਲੇ ਜਾਂਦੇ, ਉਹਨਾਂ ਨੇ ਸੋਚਣਾ ਸੀ ਯਾਰ ਕੁਛ ਬਚਦਾ ਤਾਂ ਹੈ ਨੀਗਾ, ਵੀ ਕੀ ਕਰਨਾ, ਕੋਈ ਹੋਰ ਕੰਮ ਖੋਲਦੇ ਹਾਂ। ਤਾਂ ਜੇ ਤੁਸੀਂ ਪਹਿਲਾ ਸਟੈਪ ਲਓਗੇ ਨਾ, ਤਾਂ ਹੀ ਦੂਜਾ ਸਟੈਪ ਦਿਖੂਗਾ। ਪਹਿਲਾ ਸਟੈਪ ਲੈਣ ਤੋਂ ਬਿਨਾਂ ਦੂਜਾ ਸਟੈਪ ਕਦੇ ਨਹੀਂ ਦਿਖੂਗਾ। ਜਿਵੇਂ ਜੇ ਮੈਂ ਆਪਣੀ ਗੱਲ ਦੱਸਾਂ ਨਾ, ਜਦ ਅਸੀਂ ਫਾਰਮ ਸਟਾਰਟ ਕੀਤਾ ਸੀ, ਡੇਅਰੀ ਫਾਰਮ ਸਟਾਰਟ ਕੀਤਾ ਸੀਗਾ 2020 'ਚ, ਅਸੀਂ ਨਾ ਪਿੰਡ ਵਾਲੀ ਡੇਅਰੀ 'ਚ ਦੁੱਧ ਪਾਉਂਦੇ ਹੁੰਦੇ ਸੀਗੇ। ਸਾਡਾ ਦੁੱਧ ਦਾ ਰੇਟ ਲੱਗਦਾ ਹੁੰਦਾ ਸੀਗਾ 37 ਰੁਪਏ, 38, 40, ਕਦੇ 45 ਵੀ ਲੱਗ ਜਾਣਾ, ਬਟ ਮਹੀਨੇ ਦੀ ਐਵਰੇਜ ਆਉਂਦੀ ਸੀਗੀ 39-40 ਰੁਪਏ, ਠੀਕ ਆ। ਜੇ ਅਸੀਂ ਉਸ ਹਿਸਾਬ ਨਾਲ ਹਿਸਾਬ ਲਾ ਕੇ ਦੇਖਦੇ ਵੀ ਅਸੀਂ ਇੰਨਾ ਖਰਚਾ ਕਰ ਰਹੇ ਹਾਂ, ਇੰਨਾ ਕੁ ਸਾਨੂੰ ਬਚਦਾ, ਵੀ ਕੁਛ ਨਹੀਂ ਬਚਦਾ ਹੈਗਾ, ਕੰਮ ਕਾਰ ਬੰਦ ਕਰ ਦਈਏ, ਤਾਂ ਅਸੀਂ ਕਰਦੇ ਕੰਮ ਕਾਰ ਬੰਦ ਕਰ ਦਿੰਦੇ। ਬਟ ਅਸੀਂ ਉਹ 38 ਰੁਪਏ ਤੋਂ ਉੱਠੇ, ਅਸੀਂ 50 'ਤੇ ਲੈ ਕੇ ਗਏ ਰੇਟ, ਫਿਰ ਰੇਟ ਨੂੰ 60 'ਤੇ ਲੈ ਕੇ ਗਏ, ਫਿਰ ਉਹਨੂੰ 70 'ਤੇ ਲੈ ਕੇ ਗਏ, ਅੱਜ ਅਸੀਂ 70 'ਚ ਵੇਚ ਰਹੇ ਹਾਂ, ਅਤੇ ਕੱਲ੍ਹ ਨੂੰ ਇਹਦੀਆਂ ਮਿਠਾਈਆਂ ਵੀ ਬਣਾਵਾਂਗੇ, ਇਹਦੇ ਐਵਰੇਜ 80 ਵੀ ਕਰਾਂਗੇ, ਫਿਰ 100 'ਤੇ ਵੀ ਲੈ ਕੇ ਜਾਵਾਂਗੇ, ਖਰਚੇ ਵੀ ਘੱਟ ਕਰਾਂਗੇ। ਹੁਣ ਤੁਸੀਂ ਦੇਖੋ, ਜੇ ਅਸੀਂ ਫਾਰਮ ਕਦੇ ਸਟਾਰਟ ਹੀ ਨਾ ਕੀਤਾ ਹੁੰਦਾ, ਸਿਰਫ ਉਹੀ ਵੀ 38 ਰੁਪਏ ਐਵਰੇਜ ਆਉਂਦੀ ਆ, ਅਤੇ ਇੰਨਾ ਖਰਚਾ ਆਉਂਦਾ, ਅਤੇ ਕੁਛ ਬਚਦਾ ਨਹੀਂ ਹੈਗਾ, ਇਹ ਕੰਮ 'ਚ ਘਰੇ ਬੈਠ ਕੇ ਗੱਲਾਂ ਹੀ ਮਾਰੀ ਜਾਂਦੇ, ਫਿਰ ਕੀ ਹੁੰਦਾ? ਮਤਲਬ ਜਦ ਤੱਕ ਕੰਮ 'ਚ ਪਾਉਂਗੇ ਨਹੀਂ, ਉਹਨੂੰ ਸਮਝੋਗੇ ਨਹੀਂ, ਉਹਦੀ ਪ੍ਰੋਬਲਮਸ ਨੂੰ ਨਹੀਂ ਸਮਝੋਗੇ, ਉਦੋਂ ਤੱਕ ਕਿਵੇਂ ਚੱਲੂਗਾ? ਐਮਾਜ਼ੋਨ ਜਾਂ ਪਹਿਲਾਂ ਸਟਾਰਟ ਹੋਈ ਸੀਗੀ ਨਾ, ਸਿਰਫ ਬੁੱਕਸ ਵੇਚਦੇ ਸੀਗੇ ਔਨਲਾਈਨ, ਠੀਕ ਆ। ਹੁਣ ਜੇ ਐਮਾਜ਼ੋਨ ਦੇ ਫਾਊਂਡਰਸ ਨੂੰ, ਜੈਫ ਬੇਜ਼ੋਸ ਨੇ ਸੋਚਿਆ ਹੁੰਦਾ ਵੀ ਯਾਰ ਬੁੱਕਸ 'ਚੋਂ ਪ੍ਰੋਫਿਟ ਕਿਵੇਂ ਆਊਗਾ, ਵੀ ਇਹ ਤਾਂ ਬਹੁਤ ਘਾਟੇ ਵਾਲਾ ਕੰਮ ਆ, ਵੀ ਇਹ ਨਹੀਂ ਕਰਨਾ ਹੈਗਾ। ਪਰ ਉਹਨੇ ਪਹਿਲਾਂ ਬੁੱਕਸ ਵੇਚੀਆਂ, ਫਿਰ ਹੋਰ ਸਮਾਨ ਲੈ ਕੇ ਆਇਆ, ਉਹ ਵੇਚਿਆ, ਫਿਰ ਹੋਰ ਲੈ ਕੇ ਆਇਆ, ਫਿਰ ਹੌਲੀ ਹੌਲੀ ਉਹਨੇ ਸਭ ਕੁਛ ਵੇਚਣਾ ਸਟਾਰਟ ਕਰਤਾ ਐਮਾਜ਼ੋਨ 'ਤੇ, ਠੀਕ ਆ। ਐਵਰੀਥਿੰਗ ਸਟੋਰ ਕਹਿੰਦੇ ਇਹਨੂੰ, ਇੱਥੇ ਤੁਹਾਨੂੰ ਕੁਛ ਮਰਜ਼ੀ ਮਿਲ ਸਕਦਾ, ਸਭ ਕੁਛ ਮਿਲ ਸਕਦਾ। ਫਿਰ ਉਹ ਤੋਂ ਬਾਅਦ ਉਹਨੇ ਕੀ ਕੀਤਾ, ਜਿਹੜਾ ਪ੍ਰੋਡਕਟ ਵਧੀਆ ਚੱਲ ਰਿਹਾ ਸੀ ਉਹ ਆਪ ਬਣਾਉਣ ਲੱਗ ਗਏ, ਆਪ ਵੇਚਣ ਲੱਗ ਗਏ, ਉਹ 'ਚ ਪ੍ਰੋਫਿਟ ਹੋਣ ਲੱਗ ਗਿਆ। ਫਿਰ ਹੌਲੀ ਹੌਲੀ ਸਰਵਿਸਿਜ਼ ਦੇਣ ਲੱਗ ਗਏ, ਕੰਪਿਊਟਰ ਸਰਵਿਸਿਜ਼ ਦੇਣ ਲੱਗ ਗਏ ਲੋਕਾਂ ਨੂੰ, ਜਿਵੇਂ ਬੜੀ ਕੰਪਨੀਆਂ ਨੇ, ਐਪਲ ਹੋ ਗਈ, ਠੀਕ ਆ, ਐਪਲ ਤੋਂ ਬਾਅਦ ਫੇਸਬੁੱਕ ਹੋ ਗਈ, ਹੋਰ ਕੰਪਨੀਜ਼ ਹੋ ਗਈਆਂ, ਇਹ ਐਮਾਜ਼ੋਨ ਦੀ ਵੈੱਬ ਸਰਵਿਸਿਜ਼ ਯੂਜ਼ ਕਰਦੀਆਂ ਨੇ, ਐਮਾਜ਼ੋਨ ਵੈੱਬ ਸਰਵਿਸਿਜ਼ AWS, ਅਤੇ ਇਹ ਵੀ ਇਹਨਾਂ ਨੂੰ ਬਹੁਤ ਪ੍ਰੋਫਿਟ ਦਿੰਦੀ ਆ, ਇਹ ਮਤਲਬ ਵੀ ਬ੍ਰਾਂਚ ਇਹਨਾਂ ਦੀ ਕੰਪਨੀ ਨੇ ਐਮਾਜ਼ੋਨ ਦੀ। ਪਰ ਜੇ ਉਹਨੇ ਪਹਿਲਾਂ ਹੀ ਸਟਾਰਟਿੰਗ 'ਚ ਸੋਚਿਆ ਹੁੰਦਾ ਵੀ ਯਾਰ ਬੁੱਕਸ 'ਚ ਤਾਂ ਕੁਛ ਨਹੀਂ ਰੱਖਿਆ ਹੈਗਾ, ਉਹਦੀ ਇਹ ਸੋਚ ਨਹੀਂ ਬਣਦੀ। ਉਹਨੇ ਕੰਮ ਕਾਰ ਸਟਾਰਟ ਕੀਤਾ ਤਾਂ ਉਹਨੂੰ ਦੇਖਿਆ ਵੀ ਪਹਿਲਾ ਸਟੈਪ ਬੁੱਕਸ ਆ, ਅਗਲਾ ਸਟੈਪ ਮੈਂ ਅਗਲੀ ਆਈਟਮ ਕੀ ਐਡ ਕਰਾਂ, ਉਹ ਤੋਂ ਅੱਗੇ ਕੀ ਐਡ ਕਰਾਂ, ਉਹ ਤੋਂ ਅੱਗੇ ਕੀ ਐਡ ਕਰਾਂ। ਫਿਰ ਉਹਨੇ ਦੇਖਿਆ ਵੀ ਇਹ ਚੀਜ਼ ਬਹੁਤ ਵਧੀਆ ਵਿਕ ਰਹੀ ਆ, ਮੈਂ ਆਪ ਬਣਾਉਣ ਲੱਗ ਜਾਂਦਾ। ਪਰ ਜੇ ਉਹਨੇ ਕਦੇ ਸਟਾਰਟ ਹੀ ਨਾ ਕੀਤਾ ਹੁੰਦਾ, ਇਹ ਸਾਰੇ ਖਿਆਲ ਉਹਦੇ ਮਨ 'ਚ ਆਉਂਦੇ ਹੀ ਨਾ, ਇਹ ਸਾਰੇ ਖਿਆਲ ਆਉਂਦੇ ਨੇ ਆਪਣੇ ਸਫ਼ਰ ਦੇ ਮਨ 'ਚ, ਜਦ ਆਪਾਂ ਸਫ਼ਰ 'ਤੇ ਨਿਕਲਦੇ ਹਾਂ, ਠੀਕ ਆ। ਅਤੇ ਆਪਣਾ ਜਿਹੜਾ ਡੇਅਰੀ ਫਾਰਮਿੰਗ ਦਾ ਕੰਮ ਆ, ਇਹ ਤਾਂ ਆਪਾਂ ਨੂੰ ਪਹਿਲੇ ਦਿਨ ਤੋਂ ਪੈਸੇ ਦੇ ਕੇ ਜਾਂਦਾ, ਭਾਵੇਂ 1 ਰੁਪਇਆ ਬੱਚਤ ਹੋਵੇ, ਪਰ ਇਹ 'ਚ ਬੱਚਤ ਹੈਗੀ ਹੈ। ਤੁਸੀਂ ਮੈਂ ਇਸ ਨੂੰ ਖਿਲਾ ਪਿਲਾ ਕੇ, ਬੰਦੇ ਰੱਖ ਕੇ, ਹੋਰ ਕਰਕੇ, ਦੁੱਧ ਵੇਚ ਕੇ, ਜਦ ਵੀ ਤੁਸੀਂ ਹਿਸਾਬ ਲਾ ਕੇ ਦੇਖੋਗੇ ਨਾ, ਪਹਿਲੇ ਦਿਨ ਵੀ ਬਚੂਗਾ, ਭਾਵੇਂ 1 ਰੁਪਇਆ ਬਚੇ। ਪਰ ਜੇ ਤੁਸੀਂ ਸੋਚੋਗੇ ਵੀ ਮੈਂ ਜਿੰਨੇ ਦੀ ਮੈਸ ਲਿੱਤੀ ਆ, ਉਹ ਵੀ ਮੇਰਾ ਪਹਿਲੇ ਸਾਲ 'ਚ ਮੁੱਲ ਮੋੜ ਜੇ, ਉਹ ਤੋਂ ਇਲਾਵਾ ਵੀ ਪ੍ਰੋਫਿਟ ਹੋਵੇ, ਉਹ ਤੋਂ ਇਲਾਵਾ ਵੀ ਮੈਂ 1 ਕਰੋੜ ਰੁਪਏ ਪਹਿਲੇ ਸਾਲ 'ਚ ਬਣਾ ਲਾ, ਕਦੇ ਨਹੀਂ ਹੋਊਗਾ। ਟਾਈਮ ਲਾਉਣਾ ਪੈਣਾ, ਐਕਸਪੀਰੀਅੰਸ ਲਾਉਣਾ ਪੈਣਾ। ਡੇਅਰੀ ਫਾਰਮਿੰਗ ਦਾ ਸਿੰਪਲ ਜਿਹਾ ਫੰਡਾ ਦੇਖੋ, 3 ਚੀਜ਼ਾਂ ਨੇ ਜੇ ਤੁਸੀਂ ਪ੍ਰੋਫਿਟ ਬਹੁਤ ਲੈਣਾ। ਖਰਚੇ ਘੱਟ, ਵਧੀਆ ਦੁੱਧ ਵਾਲੀਆਂ ਮੈਸਾਂ, ਅਤੇ ਦੁੱਧ ਦਾ ਰੇਟ ਵਧੀਆ ਲੱਗੇ। ਖਰਚੇ ਕਿਵੇਂ ਘੱਟ ਹੋ ਸਕਦੇ ਨੇ? ਮਸ਼ੀਨਰੀ ਲੈ ਆਓ, ਲੇਬਰ ਬਚਾਓ, ਠੀਕ ਆ, ਅਚਾਰ ਪਾ ਲਓ ਅਤੇ ਲੇਬਰ ਬਚੂਗੀ, ਦੁੱਧ ਵਾਲੀਆਂ ਮਸ਼ੀਨਾਂ ਲਿਆ, ਧਾਰਾਂ ਕੱਢਣ ਵਾਲੀਆਂ ਮੈਸਾਂ ਵਧੀਆ ਕਿਵੇਂ ਆਉਣਗੀਆਂ? ਆਏ ਨਹੀਂ ਹੈਗਾ ਵੀ ਤੁਸੀਂ ਪਹਿਲੇ ਸਾਲ ਜਾਓਗੇ ਐਕਸਪਰਟ ਬਣ ਜਾਓਗੇ, ਟੌਪ ਦੀ ਮੈਸਾਂ ਚੱਕ ਲਓਗੇ। 10 ਮੈਸਾਂ ਚੱਕੀਆਂ, ਜੇ 10 'ਚੋਂ 6 ਵੀ ਵਧੀਆ ਨੇ, 4 ਅਗਲੇ ਸਾਲ ਵੇਚ ਕੇ ਨਵੀਆਂ ਪਾ ਲਓ, ਉਹ 'ਚੋਂ ਜਿੰਨੀਆਂ ਵਧੀਆ ਨੇ ਉਹ ਰੱਖ ਲਓ, ਛਾਂਟਦੇ ਚਲੇ ਜਾਓ, ਹਰ ਸਾਲ ਇਹਨੂੰ ਵਧੀਆ ਬਣਾਉਂਦੇ ਚਲੇ ਜਾਓ। ਉਹ ਤੋਂ ਬਾਅਦ ਦੁੱਧ ਦਾ ਰੇਟ ਕਿਵੇਂ ਵਧੀਆ ਲੱਗੂਗਾ? ਪਹਿਲਾਂ ਜਿੱਥੇ ਵੇਚ ਸਕਦੇ ਜੇ ਦੁੱਧ ਘੱਟ ਆ, ਪਿੰਡ ਵਾਲੀ ਡੇਅਰੀ 'ਚ ਪਾਓ, ਫਿਰ ਦੁੱਧ ਥੋੜ੍ਹਾ ਜ਼ਿਆਦਾ ਹੋ ਗਿਆ, ਸ਼ਹਿਰ ਕਿਸੇ ਦੁਕਾਨ 'ਚ ਪਾਉਣ ਲੱਗ ਜਾਓ, ਫਿਰ ਥੋੜ੍ਹਾ ਦੁੱਧ ਹੋਰ ਜ਼ਿਆਦਾ ਹੋ ਗਿਆ, ਫਿਰ ਆਪਣੀ ਦੁਕਾਨ ਖੋਲ੍ਹ ਲਓ, ਫਿਰ ਜਾਂ ਆਪਣੀ ਦੁਕਾਨ ਖੋਲ੍ਹ ਲਈ, ਉਹ ਤੋਂ ਬਾਅਦ ਮਿਠਾਈਆਂ ਬਣਾਉਣ ਲੱਗ ਜਾਓ, ਮਿਠਾਈਆਂ ਬਣਾਉਣ ਲੱਗ ਗਏ, ਉਹ ਤੋਂ ਨਾਲ ਸਮੋਸੇ ਵੇਚਣ ਲੱਗ ਜਾਓ ਦੁਕਾਨ 'ਤੇ, ਸਮੋਸੇ ਵੇਚਣ ਲੱਗ ਗਏ, ਕਸਟਮਰ ਆਉਣ ਲੱਗ ਗਏ, ਛੋਲੇ ਪੂਰੀਆਂ ਸਟਾਰਟ ਕਰ ਲਓ, ਟਿੱਕੀਆਂ ਸਟਾਰਟ ਕਰ ਲਓ, ਗੋਲ ਗੱਪੇ ਸਟਾਰਟ ਕਰ ਲਓ, ਪੂਰਾ ਹੋਟਲ ਬਣਾ ਦਿਓ। ਮਤਲਬ ਵੀ ਬਟ ਜੇ ਤੁਸੀਂ ਉਹ 38-40 ਰੁਪਏ ਤੋਂ ਸਟਾਰਟ ਨਹੀਂ ਕੀਤਾ ਹੈਗਾ, ਘਰੇ ਬੈਠ ਕੇ ਹਿਸਾਬ ਲਾ ਕੇ ਦੇਖੇ ਕੁਛ ਨਹੀਂ ਬਚਦਾ ਹੈਗਾ, ਫਿਰ ਉੱਥੇ ਹੋਟਲਾਂ ਤੱਕ ਕਿਵੇਂ ਪਹੁੰਚੋਗੇ? ਇਹ ਪਹੁੰਚਣ ਦਾ ਸਫ਼ਰ ਤੁਰਨ ਤੋਂ ਸਟਾਰਟ ਹੋਊਗਾ। ਜੇ
ਤੇ ਜਿਵੇਂ ਜਿਵੇਂ ਤੁਸੀਂ ਕੰਮ ਅੱਗੇ ਵਧਾਉਂਦੇ ਚਲੇ ਜਾਓਗੇ ਨਾ, ਤੁਹਾਨੂੰ ਡਾਇਰੈਕਸ਼ਨ ਦਾ ਵੀ ਪਤਾ ਲੱਗਦਾ ਚਲੇ ਜਾਓਗੇ ਵੀ ਤੁਸੀਂ ਕਿਸ ਡਾਇਰੈਕਸ਼ਨ 'ਚ ਜਾਣਾ ਚਾਹੁੰਦੇ ਹੋ, ਅਤੇ ਪ੍ਰੋਫਿਟ ਵਧਾਉਣ ਵਾਸਤੇ ਕੰਮ ਕਰ ਵਧਾਉਣ ਵਾਸਤੇ ਕਿਹੜੀ ਡਾਇਰੈਕਸ਼ਨ ਤੁਹਾਨੂੰ ਫੜਨੀ ਚਾਹੀਦੀ ਆ। ਜਿਵੇਂ ਆਪਣਾ ਹੁਣ ਆਪਾਂ 70 ਰੁਪਏ ਤੱਕ ਪਹੁੰਚ ਗਏ, 70 ਤੋਂ 100 ਤੱਕ ਵੀ ਪਹੁੰਚ ਜਾਵਾਂਗੇ, 100 ਤੋਂ 200 ਤੱਕ ਵੀ ਪਹੁੰਚ ਜਾਵਾਂਗੇ, ਇਹਦੇ ਨਾਲ ਹੋਰ ਕੰਮ ਕਾਰ ਖੋਲ ਲਾਂਗੇ, ਇਹਦੇ ਪ੍ਰੋਫਿਟ ਨੂੰ ਹੋਰ ਇਨਵੈਸਟ ਕਰਾਂਗੇ, ਹੋਰ ਕੰਮ ਕਾਰ ਵਧਾਵਾਂਗੇ, ਤਾਂ ਡੇਅਰੀ ਫਾਰਮਿੰਗ ਦਾ ਕੰਮ ਘਾਟੇ ਦਾ ਕੰਮ ਨਹੀਂ ਹੈਗਾ, ਪਹਿਲੇ ਦਿਨ ਤੋਂ ਹੀ ਪ੍ਰੋਫਿਟ ਦੇ ਕੇ ਜਾਂਦਾ। ਜਿਵੇਂ ਮੇਰੇ ਫਾਦਰ ਸਾਹਿਬ ਨਾ ਹਮੇਸ਼ਾ ਮੈਨੂੰ ਇਨਕਰੇਜ ਕਰਦੇ, ਮੈਂ ਕੋਈ ਵੀ ਕੰਮ ਕਾਰ ਕਰਾਂ, ਹੋਰ ਕਰਾਂ, ਜਿਵੇਂ ਆ ਕੇ ਦੱਸ ਦਿੰਦਾ ਵੀ ਪਾਪਾ ਅੱਜ ਮੈਂ  10 ਰੁਪਏ ਕਮਾਏ, ਅੱਜ ਮੈਂ ਇਹ ਕੰਮ 'ਚ ਇੰਨਾ ਕੀਤਾ। ਲਾਈਕ ਮੈਂ ਜਦ ਨਾ ਮੇਰੀ ਪਹਿਲੀ ਕਮਾਈ, ਮੈਨੂੰ ਅੱਜ ਵੀ ਯਾਦ ਆ, ਮੈਂ ਟ੍ਰੇਨਿੰਗ ਦਿੱਤੀ ਸੀ ਕਿਸੇ ਨੂੰ, ਮਤਲਬ ਵੀ ਮੈਨੂੰ ਫਿਟਨੈਸ ਦਾ ਸ਼ੌਂਕ ਆ, ਮੈਂ ਜਿਮ ਵਗੈਰਾ ਕਰਦਾ, ਠੀਕ ਆ, ਅਤੇ ਮੈਨੂੰ ਨੌਲੇਜ ਵੀ ਹੈਗੀ ਆ, ਤਾਂ ਮੈਂ ਔਨਲਾਈਨ ਕਿਸੇ ਬੰਦੇ ਨੂੰ ਗਾਈਡ ਕੀਤਾ ਸੀ ਵੀ ਪਤਲਾ ਕਿਵੇਂ ਹੋਣਾ, ਉਹਨੇ ਮੈਨੂੰ 3000 ਰੁਪਏ ਦਿੱਤੇ ਸੀ ਇੱਕ ਮਹੀਨੇ ਵਾਸਤੇ। ਅਤੇ ਜਦ ਮੈਂ ਫਾਦਰ ਸਾਹਿਬ ਨੂੰ ਦੱਸਿਆ ਨਾ ਵੀ ਮੈਂ 3000 ਕਮਾਏ ਨੇ, ਇੰਨੇ ਖੁਸ਼ ਹੋਏ ਸੀਗੇ ਨਾ, ਉਹਨਾਂ ਦਾ ਇਹ ਕਹਾਣਾ ਵੀ 1 ਰੁਪਿਆ ਵੀ ਬਣਾਉਣਾ ਔਖਾ, ਠੀਕ ਆ, ਜਿੱਦਾਂ ਤੁਸੀਂ ਸਿੱਖ ਲੈਣਾ ਵੀ 1 ਰੁਪਿਆ ਕਿਵੇਂ ਬਣਦਾ, 1 ਤੋਂ 1000 ਅਤੇ 1000 ਤੋਂ ਲੱਖ ਅਤੇ ਲੱਖ ਤੋਂ ਕਰੋੜ ਹੁੰਦੇ ਟਾਈਮ ਨਹੀਂ ਲੱਗਦਾ ਹੈਗਾ। ਤਾਂ ਜਿੱਦਣ ਤੁਸੀਂ 1 ਰੁਪਿਆ ਬਣਾਉਣਾ ਸਿੱਖ ਲਿਆ, 1 ਰੁਪਏ ਵੀ ਪ੍ਰੋਫਿਟ ਕੱਢਣਾ ਸਿੱਖ ਲਿਆ, ਉਹ ਤੋਂ ਬਾਅਦ ਸਿਰਫ ਜਰਨੀ ਹੈਗੀ ਆ ਵੀ ਇਹਨੂੰ ਵਧਾਉਣਾ ਕਿਵੇਂ, ਇਹਨੂੰ ਵਧੀਆ ਕਿਵੇਂ ਕਰਨਾ। ਅਤੇ ਡੇਅਰੀ ਫਾਰਮਿੰਗ ਵੀ ਆਪਣਾ ਇਹੀ ਹੈ, ਜਰਨੀ ਆ, ਠੀਕ ਆ। ਪਰ ਜੇ ਤੁਸੀਂ ਕੁਛ ਨਵਾਂ ਨਹੀਂ ਕਰ ਰਹੇ ਹੈਗੇ, ਪ੍ਰੋਬਲਮ ਸੋਲਵ ਨਹੀਂ ਕਰ ਰਹੇ ਵੀ ਜਿਵੇਂ 10 ਸਾਲ ਪਹਿਲਾਂ ਕੰਮ ਚੱਲ ਰਿਹਾ ਸੀ ਉਵੇਂ 10 ਸਾਲ ਬਾਅਦ ਕਰ ਰਹੇ ਹੋ, ਕੋਈ ਮਸ਼ੀਨਰੀ ਨਵੀਂ ਪਾਈ ਹੈਗੀ, ਕੋਈ ਮੈਸ ਸੁਧਾਰ ਨਹੀਂ ਕੀਤਾ ਹੈਗਾ, ਕੋਈ ਬਰੀਡਿੰਗ ਨਹੀਂ ਵਧੀਆ ਕੀਤੀ ਹੈਗੀ, ਫਿਰ ਕੁਛ ਨਹੀਂ ਬਚਣਾ ਹੈਗਾ, ਫਿਰ ਘਾਟੇ ਦਾ ਕੰਮ ਹੈਗਾ। ਬਟ ਟਾਈਮ ਨਾਲ ਆਪਾਂ ਨੂੰ ਵੀ ਚੇਂਜ ਹੋਣਾ ਪੈਣਾ, ਟਾਈਮ ਨਾਲ ਨਵੀਂ ਸੋਚ ਲੈ ਕੇ ਆਉਣੀ ਪੈਣੀ ਆ। ਅਤੇ ਜਿਵੇਂ ਜਿਵੇਂ ਕੰਮ ਵਧੀਆ ਹੁੰਦਾ ਨਾ, ਕੰਮ ਬੜਾ ਹੁੰਦਾ, ਪ੍ਰੋਫੈਸ਼ਨਲ ਲੈ ਕੇ ਆਓ, ਮੈਨੇਜਰ ਲੈ ਕੇ ਆਓ, ਠੀਕ ਆ, ਸੇਲਸ ਪਰਸਨ ਲੈ ਕੇ ਆਓ, ਮਾਰਕੀਟਿੰਗ ਵਾਲੇ ਲੈ ਕੇ ਆਓ, ਵੀ ਸਾਰਾ ਪੈਸਾ ਆਪ ਖਾਣ ਬਾਰੇ ਨਾ ਸੋਚੋ, ਵੰਡੋ, ਉਹਦੇ ਨਾਲ ਪੈਸਾ ਹੋਰ ਦੁੱਗਣਾ ਬਣੂਗਾ, ਦੁੱਗਣਾ ਕਿ 10 ਗੁਣਾ 100 ਗੁਣਾ ਬਣੂਗਾ। ਮੈਨੂੰ ਹੁਣ ਪਤਾ ਵੀ ਅੱਜ ਮੈਂ 100 ਮੈਸਾਂ, 100 ਮਤਲਬ ਪਸ਼ੂਆਂ ਦਾ ਫਾਰਮ ਸੰਭਾਲ ਰਿਹਾ, 50+ ਮੈਸਾਂ ਨੇ, ਅਤੇ 50+ ਉਹਨਾਂ ਨੇ ਕੱਟਰੂ ਵਗੈਰਾ, ਕੱਟਰੂ ਵਗੈਰਾ ਪਾਲਣ 'ਚ ਪੈਸਾ ਲੱਗਦਾ, ਠੀਕ ਆ। ਵੀ ਜੇ ਅੱਜ ਆਪਾਂ ਦੇਖੀਏ ਨਾ ਵੀ ਆਪਾਂ ਨੂੰ ਇੰਨਾ ਪ੍ਰੋਫਿਟ ਨਹੀਂ ਹੋ ਰਿਹਾ ਹੈਗਾ, ਕੰਮ ਬੰਦ ਕਰ ਦਈਏ, ਕੋਈ ਫਾਇਦਾ ਨਹੀਂ ਹੈਗਾ। ਕੰਮ ਨੂੰ ਚਲਾਓ, ਉਹਨੂੰ ਪ੍ਰੋਫਿਟ ਨੂੰ ਵਧਾਉਣ ਬਾਰੇ ਸੋਚੋ, ਠੀਕ ਆ। ਕੱਲ੍ਹ ਨੂੰ ਇਹ ਕੱਟੀਆਂ ਬੜੀਆਂ ਵੀ ਹੋਣਗੀਆਂ, ਮੈਸਾਂ ਵੀ ਬਣਨਗੀਆਂ, ਜਿਹਨਾਂ 'ਚੋਂ ਇੱਕ ਦੀ ਵੀ ਵੇਚ ਦਾਂਗੇ ਤਾਂ ਵੀ ਬਹੁਤ ਪੈਸੇ ਦੇ ਕੇ ਜਾਣਗੇ, ਬਾਕੀ ਆਪਾਂ ਆਪਣੇ ਵਾਸਤੇ ਰੱਖਾਂਗੇ, ਦੁੱਧ ਦੇਣਗੀਆਂ, ਤਾਂ ਉਹ ਰਲਦੀਆਂ ਰਲਦੀਆਂ 5-10 ਸਾਲਾਂ ਬਾਅਦ ਹਜ਼ਾਰਾਂ 'ਚ ਪਸ਼ੂ ਕਦ ਹੋ ਜਾਣੇ ਨੇ, ਪਤਾ ਨਹੀਂ ਲੱਗਣਾ ਹੈਗਾ। ਅਤੇ ਮੈਨੂੰ ਟੈਨਸ਼ਨ ਹੁੰਦੀ ਹੈ ਵੀ 100 ਮੈਸਾਂ 'ਚ 100 ਪਸ਼ੂਆਂ 'ਚ ਆ ਇੰਨਾ ਕੰਮ ਕਰ ਆ, ਹਜ਼ਾਰਾਂ ਦਾ ਕਿਵੇਂ ਸਾਂਭਾਂਗੇ। ਤਾਂ ਫਿਰ ਮੈਨੂੰ ਇਹ ਹੁੰਦਾ ਵੀ ਵਧੀਆ ਦਿਮਾਗ ਵਾਲੇ ਬੰਦੇ ਲੈ ਕੇ ਆਵਾਂਗੇ, ਵਧੀਆ ਪ੍ਰੋਫੈਸ਼ਨਲ ਲੈ ਕੇ ਆਵਾਂਗੇ, ਲੋਕਾਂ ਨੂੰ ਜੋਬ ਦੇਵਾਂਗੇ। ਵੀ ਤੁਸੀਂ ਸੋਚੋ ਕਿੰਨਾ ਵਧੀਆ ਲੱਗੂਗਾ ਵੀ ਮੈਂ ਵੀ ਆਪਣਾ ਫਾਰਮ ਵੀ ਸੈਂਕੜਿਆਂ ਬੰਦਿਆਂ ਦਾ ਘਰ ਚਲਾ ਰਿਹਾ, ਉਹਨਾਂ ਦੀ ਲਾਈਫ ਵਧੀਆ ਬਣਾ ਰਿਹਾ, ਤਨਖਾਹਾਂ ਦੇ ਰਿਹਾ, ਆਪਣੇ ਕਰਕੇ ਉਹਨਾਂ ਦੇ ਘਰ ਖੁਸ਼ੀ ਆ ਰਹੀ ਹੈ, ਕਿੰਨਾ ਵਧੀਆ ਲੱਗੂਗਾ। ਤਾਂ ਜੇ ਕੋਈ ਇਹ ਕਹਿੰਦਾ ਨਾ ਤੁਹਾਨੂੰ ਵੀ ਇਹ ਡੇਅਰੀ ਫਾਰਮਿੰਗ ਘਾਟੇ ਦਾ ਕੰਮ ਆ, ਤਾਂ ਉਹ ਤੋਂ ਪੁੱਛ ਕੇ ਦੇਖਿਓ ਵੀ ਤੁਸੀਂ 3 ਸਾਲ ਕੀਤਾ ਸੀਗਾ, ਠੀਕ ਆ। ਅਤੇ ਜੇ ਕੀਤਾ ਸੀਗਾ ਤੁਹਾਡੇ ਕੋਲ ਕਿਹੜੀ ਕੁਛ ਮਸ਼ੀਨਰੀ ਸੀਗੀ, ਤੁਸੀਂ ਇਹ 'ਚ ਕੀ ਸੁਧਾਰ ਕੀਤਾ, ਜਿਵੇਂ ਆਮ ਲੋਕ ਕੀ ਕਰ ਰਹੇ ਹੋ, ਤਾਂ ਤੁਸੀਂ ਕੀ ਡਿਫਰੈਂਟ ਕੀਤਾ ਸੀਗਾ, ਤੁਸੀਂ ਕਿੰਨੇ ਪਸ਼ੂਆਂ ਤੱਕ ਪਹੁੰਚੇ, ਅਤੇ ਨਵੀਂ ਪੀੜ੍ਹੀ, ਪੜ੍ਹੀ ਲਿਖੀ ਪੀੜ੍ਹੀ ਨੂੰ ਇਹਦੇ ਨਾਲ ਜੋੜਿਆ ਕਿ ਨਹੀਂ ਜੋੜਿਆ, ਨਵੀਂ ਸੋਚ 'ਚ ਲੈ ਕੇ ਆਏ ਕਿ ਨਹੀਂ ਲੈ ਕੇ ਆਏ ਹੈਗੇ, ਠੀਕ ਆ। ਨਵੀਂ ਸੋਚ ਅਤੇ ਪੁਰਾਣੇ ਬੰਦੇ ਦਾ ਤਜੁਰਬਾ, ਜਦ ਦੋਨੋਂ ਮਿਲ ਜਾਂਦੇ ਨੇ ਨਾ, ਫਿਰ ਗਾਹ ਪੈ ਜਾਂਦਾ। ਅਤੇ ਇਹ ਕੰਮ 'ਚ ਕੋਈ ਘਾਟਾ ਨਹੀਂ ਹੈਗਾ, ਬਹੁਤ ਪ੍ਰੋਫਿਟ ਆ। ਤੁਹਾਨੂੰ ਕਦੇ ਵੀ ਲੱਗੇ ਨਾ ਘਾਟੇ ਵਾਲਾ ਕੰਮ, ਹੋਰ ਕੰਮ ਬੰਦ ਕਰ ਦੇਣਾ ਚਾਹੀਦਾ, ਅੱਗੇ ਨਹੀਂ ਵੱਧ ਰਹੇ ਹੈਗੇ, ਐਮਾਜ਼ੋਨ ਬਾਰੇ ਸੋਚ ਕੇ ਸ਼ਾਂਤ ਹੋ ਜਾਇਆ ਕਰੋ ਵੀ ਜੇ ਉਹ 9 ਸਾਲ ਨਹੀਂ ਕੱਢਿਆ ਹੈਗਾ ਪ੍ਰੋਫਿਟ, ਠੀਕ ਆ, ਉਹ ਪੈਸੇ ਆ ਰਹੇ ਸੀਗੇ ਇਨਵੈਸਟਰ, ਉਹਨਾਂ ਨੂੰ ਪੈਸੇ ਦੇ ਰਹੇ ਸੀ ਕੰਪਨੀ, ਇਨਵੈਸਟਰਾਂ ਦੇ ਪੈਸੇ 'ਤੇ ਚੱਲ ਰਹੀਆਂ ਸੀਗੀਆਂ, ਬਟ ਉਹ ਇਨਵੈਸਟਰਾਂ ਦਾ ਇੰਨਾ ਪ੍ਰੈਸ਼ਰ ਸੀਗਾ ਪ੍ਰੋਫਿਟ ਕੱਢਣ 'ਤੇ, ਫਿਰ ਵੀ ਅਗਲੇ ਨੇ ਹੌਲੀ ਹੌਲੀ ਚੱਲਿਆ, ਸੋਚਿਆ, ਦਿਮਾਗ ਲਾਇਆ, 9 ਸਾਲਾਂ ਬਾਅਦ ਜਾ ਕੇ ਪ੍ਰੋਫਿਟ ਨਿਕਲਿਆ। ਆਪਾਂ ਨੇ ਤਾਂ ਪ੍ਰੋਫਿਟ ਪਹਿਲੇ ਦਿਨ ਤੋਂ ਹੀ ਲੈਣਾ ਸਟਾਰਟ ਕਰ ਦਿੰਦੇ ਹਾਂ, ਠੀਕ ਆ, ਆਪਾਂ ਨੇ ਤਾਂ ਸਿਰਫ ਵਧਾਉਣਾ ਹੀ ਹੈ ਪ੍ਰੋਫਿਟ ਨੂੰ। ਅਤੇ ਹਮੇਸ਼ਾ ਨਾ ਰਾਸਤਾ ਚੇਂਜ ਹੁੰਦਾ ਜਾਂਦਾ, ਜਿਵੇਂ ਤੁਸੀਂ ਸਫ਼ਰ 'ਤੇ ਨਿਕਲੋਗੇ ਤੁਹਾਨੂੰ ਅਗਲਾ ਸਟੈਪ ਦੇਖਦਾ ਚਲੇ ਜਾਊਗਾ, ਇੱਕ ਇੱਕ ਸਟੈਪ ਪੁੱਟਦੇ ਚਲੇ ਜਾਓ, ਤੁਹਾਨੂੰ ਪਤਾ ਲੱਗੂਗਾ ਵੀ ਹੁਣ 38-40 ਨੂੰ ਵੇਚ ਰਹੇ ਹੋ, ਹੁਣ 50 ਨੂੰ ਕਿਵੇਂ ਕਰੀਏ, 50 'ਤੇ ਜਾਂ ਪਹੁੰਚ ਗਏ ਫਿਰ ਸੋਚੀਏ 60 'ਤੇ ਕਿਵੇਂ ਕਰੀਏ, 60 'ਤੇ ਪਹੁੰਚ ਗਏ 70 'ਤੇ ਕਿਵੇਂ ਕਰੀਏ, ਜੇ ਬੰਦੇ 20-25 ਨੇ ਤਾਂ ਉਹ ਸੋਚੋ ਵੀ 15 ਕਿਵੇਂ ਕਰੀਏ, 15-10 'ਤੇ ਕਿਵੇਂ ਲੈ ਕੇ ਆਈਏ, ਠੀਕ ਆ, ਮਸ਼ੀਨਰੀ ਕਿਵੇਂ ਲੈ ਕੇ ਆਈਏ, ਸੁਧਾਰ ਕਿਵੇਂ ਕਰੀਏ, ਨਸਲ ਕਿਵੇਂ ਵਧੀਆ ਕਰੀਏ। ਜਿੱਦਣ ਤੁਸੀਂ ਆਪਣੀ ਸਾਰੀਆਂ ਕਮੀਆਂ ਕੱਢਤੀਆਂ ਨਾ, ਤੁਸੀਂ ਜੇ ਜਿੱਦਣ ਆਪਣੇ ਆਪ 'ਚ ਝਾਕੀ ਮਾਰ ਕੇ ਦੇਖ ਲਈ ਅਤੇ ਤੁਸੀਂ ਕਹਿਤਾ ਵੀ ਮੇਰੇ 'ਚ ਇੱਕ ਵੀ ਕਮੀ ਨਹੀਂ ਹੈਗੀ ਅਤੇ ਕੰਮ ਪ੍ਰੋਫਿਟ ਨਹੀਂ ਦੇ ਰਿਹਾ ਹੋਊਗਾ, ਉਦਣ ਛੱਡ ਦਿਓ। ਪਰ ਉਹ ਦਿਨ ਆਉਣਾ ਨਹੀਂ ਹੈਗਾ ਕਦੇ, ਹਮੇਸ਼ਾ ਕਮੀ ਆਪਣੇ 'ਚ ਨਿਕਲੂਗੀ। ਆਪਾਂ ਕੋਈ ਨਾ ਕੋਈ ਕਮੀ ਕਰਕੇ ਇਹ 'ਚ ਕੰਮ 'ਚੋਂ ਪ੍ਰੋਫਿਟ ਨਹੀਂ ਕੱਢ ਰਹੇ ਹੈਗੇ, ਠੀਕ ਆ। ਹੁਣ ਜਿਵੇਂ ਜ਼ੋਮੈਟੋ ਹੋ ਗਿਆ, ਸਵੀਗੀ ਹੋ ਗਿਆ, ਇਹ ਹਲੇ ਵੀ ਪ੍ਰੋਫਿਟੇਬਲ ਨਹੀਂ ਹੈਗੀਆਂ, ਲੋਸ ਕੱਢ ਰਹੀਆਂ ਨੇ, ਹਰ ਸਾਲ ਲੋਸ ਦੇ ਰਹੀਆਂ ਨੇ ਕੰਪਨੀਆਂ, ਪਰ ਬੰਦ ਤਾਂ ਨਹੀਂ ਹੋਈਆਂ ਹੈਗੀਆਂ, ਉਹਨਾਂ ਨੂੰ ਵੀ ਉਮੀਦ ਹੈਗੀ ਵੀ ਅਸੀਂ ਪ੍ਰੋਫਿਟੇਬਲ ਕਰਾਂਗੇ। ਤਾਂ ਜਦ ਉਹ ਲੱਗੇ ਹੋਏ ਨੇ ਹਰ ਸਾਲ ਲੋਸ ਕੱਢਣ ਤੋਂ ਬਾਅਦ, ਤਾਂ ਆਪਾਂ ਨੂੰ ਜੇ ਘੱਟ ਬਚ ਰਿਹਾ, ਘੱਟ ਤੋਂ ਜ਼ਿਆਦਾ ਤਾਂ
ਤਾਂ ਇਹ ਸੀਗੀ ਜੀ ਆਪਣੀ ਅੱਜ ਦੀ ਵੀਡੀਓ ਵੀ ਡੇਅਰੀ ਫਾਰਮਿੰਗ 'ਚ ਘਾਟਾ ਪੈਂਦਾ ਨਹੀਂ ਪੈਂਦਾ ਹੈਗਾ, ਪ੍ਰੋਫਿਟ ਹੈਗਾ, ਪਰ ਉਹ ਪ੍ਰੋਫਿਟ ਨੂੰ ਕਿੰਨਾ ਕੁ ਜ਼ਿਆਦਾ ਕਰਨਾ ਉਹ ਤੁਹਾਡੇ ਹੱਥ 'ਚ ਆ, ਤੁਹਾਡੀ ਸੋਚ ਦੇ ਹੱਥ 'ਚ ਆ, ਅਤੇ ਤੁਸੀਂ ਕਿੱਥੇ ਤੱਕ ਪਹੁੰਚਣਾ ਚਾਹੁੰਦੇ ਹੋ ਉਹਦੇ ਹੱਥ 'ਚ ਆ। ਜੇ ਕੰਮ ਨੂੰ ਤੁਸੀਂ ਚਾਹੁੰਦੇ ਹੋ ਨਾ ਵੀ ਸਾਲ ਦਾ 1 ਕਰੋੜ ਰੁਪਏ ਦੇਵੇ ਦੇ ਦੂਗਾ, ਜੇ ਤੁਸੀਂ ਚਾਹੁੰਦੇ ਹੋ ਵੀ ਇਹ ਕੰਮ ਤੁਹਾਨੂੰ ਸਾਲ ਦਾ 100 ਕਰੋੜ ਦੇਵੇ ਉਹ ਵੀ ਦੇ ਦੂਗਾ, ਜੇ ਤੁਸੀਂ ਚਾਹੁੰਦੇ 1000 ਕਰੋੜ ਦੇਵੇ ਉਹ ਵੀ ਦੇ ਦੂਗਾ। ਬਸ ਗੱਲ ਇੰਨੀ ਕਾ ਵੀ ਤੁਹਾਡੇ 'ਚ ਭੁੱਖ ਕਿੰਨੀ ਆ, ਤੁਹਾਨੂੰ ਚਾਹੀਦਾ ਕਿੰਨਾ ਕਾ, ਜਿੰਨਾ ਕੁ ਤੁਹਾਨੂੰ ਚਾਹੀਦਾ, ਜਿੰਨਾ ਕੁ ਤੁਸੀਂ ਮਿਹਨਤ ਕਰਨ ਵਾਸਤੇ ਰਾਜੀ ਉਹਨਾਂ ਕੁ ਕੱਢ ਲਓਗੇ, ਨਹੀਂ ਤਾਂ ਨਹੀਂ ਕੱਢ ਸਕਦੇ ਹੈਗੇ। ਨਹੀਂ ਫਿਰ ਹਰ ਕੰਮ 'ਚ ਹੀ ਘਾਟਾ, ਠੀਕ ਆ ਨਾ। ਤੁਸੀਂ ਡੇਅਰੀ ਫਾਰਮਿੰਗ ਛੱਡ ਦੋਗੇ, ਕੋਈ ਹੋਰ ਕੰਮ ਚੱਕੋਗੇ, ਪਹਿਲੇ ਸਾਲ 'ਚ ਉਹ 'ਚ ਵੀ ਇੰਨਾ ਨਹੀਂ ਬਚਣਾ ਹੈਗਾ, ਉਹਨੂੰ ਛੱਡ ਦੋਗੇ, ਅਗਲਾ ਕੰਮ ਚੱਕੋਗੇ ਉਹ 'ਚ ਨਹੀਂ ਬਚਣਾ ਹੈਗਾ, ਤੁਸੀਂ ਕੁਛ ਕਰ ਹੀ ਨਹੀਂ ਸਕਦੇ ਹੈਗੇ। ਇੱਕ ਕੰਮ 'ਤੇ ਟਿੱਕੇ ਲੱਗੇ ਰਹੋ, ਉਹ 'ਚ ਸਾਰੀਆਂ ਕਮੀਆਂ ਕੱਢ ਦਿਉ, 5-10 ਸਾਲ ਉਹਨੂੰ ਦੇ ਦਿਉ, ਫਿਰ ਦੇਖਿਓ ਕੰਮ ਕਾਰ ਤੁਹਾਨੂੰ ਕਿੱਥੇ ਲੈ ਕੇ ਜਾਂਦਾ। ਤਾਂ ਜੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ, ਮੈਸੇਜ ਵਧੀਆ ਲੱਗਿਆ ਅਤੇ ਪੋਜ਼ੀਟਿਵ ਸੋਚ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰ ਦਿਓ, ਕਿਉਂਕਿ ਇਸ ਚੈਨਲ 'ਤੇ ਤੁਹਾਨੂੰ ਹਮੇਸ਼ਾ ਪੋਜ਼ੀਟਿਵ ਚੀਜ਼ਾਂ ਹੀ ਸੁਣਨ ਨੂੰ ਮਿਲਣਗੀਆਂ, ਨੈਗੇਟਿਵਿਟੀ ਮੇਰੇ ਮੂੰਹੋਂ ਤੁਹਾਨੂੰ ਕਦੇ ਮਿਲਣੀ ਨਹੀਂ ਹੈਗੀ ਸੁਣਨ ਨੂੰ, ਠੀਕ ਆ। ਤਾਂ ਜੇ ਤੁਸੀਂ ਨੈਗੇਟਿਵ ਬਣਦੇ ਹੋ, ਤੁਸੀਂ ਸੋਚਦੇ ਹੋ ਵੀ ਯਾਰ ਕੰਮ ਕਾਰ 'ਚ ਘਾਟਾ ਪੈਣਾ ਚਾਹੀਦਾ, ਹੋਰ ਪੈਣਾ ਚਾਹੀਦਾ, ਸਬਸਕ੍ਰਾਈਬ ਨਾ ਕਰਿਓ। ਜੇ ਪੋਜ਼ੀਟਿਵ ਬਣਦੇ ਹੋ ਵੀ ਅੱਗੇ ਆਪਾਂ ਸਾਰੇ ਮਿਲ ਜੁਲ ਕੇ ਤਰੱਕੀ ਕਰੀਏ, ਸਾਰਿਆਂ ਨੂੰ ਅੱਗੇ ਵਧਣਾ ਚਾਹੀਦਾ, ਤਾਂ ਸਬਸਕ੍ਰਾਈਬ ਕਰ ਦਿਓ। ਅਤੇ ਜਿਹਨੂੰ ਇਹ ਵੀਡੀਓ ਇਹ ਮੈਸੇਜ ਸੁਣਨ ਦੀ ਲੋੜ ਆ ਉਹਦੇ ਨਾਲ ਸ਼ੇਅਰ ਕਰ ਦਿਓ। ਥੈਂਕ ਯੂ ਸੋ ਮੱਚ ਵੀਡੀਓ ਦੇਖਣ ਵਾਸਤੇ, ਥੈਂਕ ਯੂ ਜੀ।